ਮੁਕਾਬਲਾ ਮੇਰੇ ਤੇ ਖਿਆਲ ਕਿਸੇ ਨਾਲ ਹੈ ਨਹੀਂ ਗਾ। ਤੇ ਜਿਹੜੀ ਇੱਕ ਤਰਫੀ ਜਿਹੜੀ ਆ ਵੋਟ ਵਾ, ਜਦੋਂ ਵੀ ਅਸੀਂ ਘਰਾਂ ਦੇ ਵਿੱਚ ਵਿਚਰਦੇ ਰਹੇ ਹਾਂ, ਭਾਈਚਾਰੇ ਦੇ ਵਿੱਚ ਵਿਚਰਦੇ ਹਾਂ, ਤੇ ਉਦੋਂ ਸਾਰੇ ਲੋਕ ਇਹੋ ਹੀ ਕਹਿੰਦੇ ਆ ਵੀ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਵਾਂ, ਅੱਜ ਵੀ ਨਾਲ ਹਾਂ ਤੇ ਕੱਲ੍ਹ ਵੀ ਨਾਲ ਹਾਂ। ਜਿੱਤ ਭਾਈ ਅੰਮ੍ਰਿਤ ਸਾਹਿਬ ਦੀ ਉਹ ਨਿਸ਼ਚਿਤ ਕੀਤੀ ਹੋਈ ਆ, ਤੈਅ ਵਾ, ਪਰ ਸੋਚ ਸੰਗਤ ਦੀ ਇਹ ਆ ਵੀ ਵੱਡੀ ਲੀਡ ਕਰਕੇ ਜਿਤਾਈਏ ਤਾਂ ਕਿ ਉਹ ਕਿਸੇ ਦੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕੇ। ਇੰਨੀ ਜ਼ਿਆਦਾ ਗਰਮੀ ਹੋਣ ਦੇ ਬਾਵਜੂਦ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਤੁਸੀਂ ਆ ਗਏ ਹੋ, ਲੱਗਦਾ ਨਹੀਂ ਕਿ ਇੰਨੀ ਜ਼ਿਆਦਾ ਗਰਮੀ ਬੱਚਿਆਂ 'ਤੇ ਇਫੈਕਟ ਪਾ ਸਕਦੀ ਹੈ? ਵੇਖੋ ਜੀ, ਜਦੋਂ ਕਿਸੇ ਦੇ ਹੱਕ 'ਚ ਖੜਾਉਣਾ ਹੋਵੇ, ਇੱਕ ਬੇਦੋਸ਼ਾ ਬੰਦਾ ਅੰਦਰ ਕੀਤਾ, ਇੱਥੇ ਗਰਮੀ ਦਾ ਮਹਿਣਾ ਨਹੀਂ ਰੱਖਾਉਂਦਾ। ਉਹਨਾਂ ਨੇ ਤੱਤੀਆਂ ਤਵੀਆਂ 'ਤੇ ਬਹਿ ਕੇ ਸੀਸ ਕਟਾ ਲਏ, ਅਸੀਂ ਤਾਂ ਭੋਰਾ ਜਿੰਨੀ ਗਰਮੀ ਆ। ਦਸਾਂ ਨੌਜਵਾਨਾਂ ਨੇ ਅਸੀਂ ਅੰਮ੍ਰਿਤ ਛੱਕਿਆ ਹੋਇਆ ਵਾ ਅੰਮ੍ਰਿਤਪਾਲ ਤੋਂ, ਉਹਨਾਂ ਨੇ ਸਾਡੇ ਘਰਾਂ ਦੇ ਵਿੱਚੋਂ ਕੋਹੜ ਮੰਗਾ ਦਿੱਤਾ, ਸਾਡੀ ਤਾਂ ਜਾਨ ਵੀ ਹਾਜ਼ਰ ਉਹਦੇ ਵਾਸਤੇ, ਜਿੱਥੋਂ ਤੱਕ ਵੀ ਭੁਗਤਣਾ ਪਿਆ ਸੀ ਉਹਨਾਂ ਦੇ ਹੱਕ 'ਚ ਭੁਗਤਣਾ। ਇਹਨਾਂ ਦੀਆਂ ਸਾਰਿਆਂ ਦੀਆਂ ਜ਼ਮਾਨਤਾਂ ਜਮਤ ਹੋਣੀਆਂ, ਭਾਵੇਂ ਇੱਥੇ ਕੋਈ ਕੈਬਨਿਟ ਮੰਤਰੀ ਹੋਵੇ ਅਤੇ ਭਾਵੇਂ ਕੋਈ ਵਿਰਸਾ ਸਿੰਘ ਵਲਟੋਆ ਹੋਵੇ, ਇਹਨਾਂ ਦੀ ਫੱਟੀ ਪੋਚੀ ਜਾਣੀ ਆ। ਗਿਣਤੀ ਸ਼ੁਰੂ ਹੁੰਦਿਆਂ ਤੋਂ ਅੱਧੇ ਘੰਟੇ ਬਾਅਦ ਇਹ ਕੁਰਸੀਆਂ ਛੱਡ ਕੇ ਨਾ ਆਏ ਤਾਂ ਸਾਨੂੰ ਤੁਸੀਂ ਪੁੱਛ ਲਿਓ ਜੇ ਸਾਡਾ ਜਜ਼ਬਾ ਇੰਨਾ, ਸਾਡਾ ਆਵਾਜ਼ ਦਿੰਦਾ ਸੱਚੇ ਦਿਲੋਂ, ਸਾਡਾ ਮਨ ਆਵਾਜ਼ ਦਿੰਦਾ ਸਾਨੂੰ, ਚੰਨ ਕੇ ਸੱਚੇ ਦਿਲੋਂ ਆਵਾਜ਼ ਆ ਰਹੀ ਆ ਕਿ ਅੱਧਾ ਘੰਟਾ ਨਹੀਂ ਉੱਥੇ ਖੜ੍ਹਨੇ। ਪਹਿਲੀ ਗੱਲ ਤਾਂ ਇਹਨਾਂ ਨੂੰ ਜਾਣ ਦਾ ਹੀ ਫਾਇਦਾ ਕੋਈ ਨਹੀਂ, ਜੇ ਗਏ ਤੇ ਜੇ ਨਾ ਉੱਠੇ ਤਾਂ ਤੁਸੀਂ ਆਣ ਕੇ ਮੇਰੇ ਨਾਲ ਪਿੰਡ ਮੇਰੇ ਸਵਾਲ ਕਰ ਲਿਓ। ਕੈਬਨਿਟ ਮੰਤਰੀ ਸਾਹਿਬ ਕਹਿੰਦੇ ਜਿਹੜੀ ਸੋਸ਼ਲ ਮੀਡੀਆ 'ਤੇ ਲਹਿਰ ਚੱਲੀ, ਕੇਵਲ ਸੋਸ਼ਲ ਮੀਡੀਆ 'ਤੇ ਹੀ ਆ, ਜਿਹੜੇ ਕੈਨੇਡਾ ਅਮਰੀਕਾ ਬੈਠੇ ਆ ਗਿਣਤੀ ਦੇ ਜਿਹੜੇ ਲੋਕ ਆ ਉਹੀ ਕਮੈਂਟ ਕਰਦੇ ਤਾਂ ਉਹਨਾਂ ਲਹਿਰ ਚਲਾਈ ਸਾਹਿਬ, ਉਹ ਭਾਂਡੇ ਛੋਟੇ ਹੀ ਉਛਲ ਗਏ ਆ, ਇਹ ਮੈਂਬਰ ਬਣਨ ਦੇ ਲਾਇਕ ਨਹੀਂ ਸੀ ਬੰਦੇ ਜਿਹੜੇ ਲੋਕਾਂ ਨੇ ਇੱਕ ਹਵਾ, ਇਹ ਲੋਕਾਂ ਦੀ ਪਾਵਰ ਆ, ਇਹ ਲਾਲਜੀਤ ਹੋਣੀ ਹਿੱਕ 'ਤੇ ਹੱਥ ਮਾਰ ਕੇ ਕਹਿੰਦੇ ਨਾ ਸਾਡੀ ਪਾਵਰ, ਇਹ ਜਨਤਾ ਦੀ ਪਾਵਰ, ਅਰ ਕੀ ਦੱਸ ਦਿਆਂਗੇ ਖਡੂਰ ਸਾਹਿਬ ਵਾਲੇ ਕਿ ਪਾਵਰ ਕਿਹਦੇ 'ਚ। TV84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਜੇ ਗੱਲ ਕੀਤੀ ਜਾਵੇ ਤਾਂ ਖਡੂਰ ਸਾਹਿਬ ਹਲਕੇ ਦੇ ਵਿੱਚ ਵਾਰਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਇੱਕ ਵੱਖਰੇ ਤਰੀਕੇ ਦੀ ਹਮਾਇਤ ਨਜ਼ਰ ਆਉਂਦੀ ਹੈ। ਜੇ ਗੱਲ ਕੀਤੀ ਜਾਵੇ ਤਾਂ ਕਿਸਾਨ ਜਥੇਬੰਦੀਆਂ ਦੇ ਸਮੇਤ ਤਮਾਮ ਸਾਰੇ ਵਰਗਾਂ ਦੇ ਭਾਈਚਾਰਿਆਂ ਦੇ ਜਿਹੜੇ ਲੋਕ ਹੈ ਸਮਰਥਨ ਦੇਣ ਵਾਸਤੇ ਪੁੱਜੇ ਨੇ, ਅਤੇ ਇਉਂ ਜਾਪਦਾ ਇਹ ਚੋਣ ਪ੍ਰਚਾਰ ਨਹੀਂ, ਸਗੋਂ ਪਿੰਡ ਪਿੰਡ ਇੱਕ ਨਵੀਂ ਲਹਿਰ ਨਜ਼ਰ ਆਉਂਦੀ ਹੈ। ਚਾਹੇ ਨਸ਼ੇ ਦੀ ਗੱਲ ਹੋਵੇ, ਚਾਹੇ ਤਮਾਮ ਸਾਰੀਆਂ ਚੀਜ਼ਾਂ ਦਾ ਜ਼ਿਕਰ ਹੋਵੇ, ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੰਨੀ ਜ਼ਿਆਦਾ ਗਰਮੀ ਦੇ ਵਿੱਚ ਛੋਟੇ ਛੋਟੇ ਬੱਚਿਆਂ ਦੇ ਸਮੇਤ ਤਮਾਮ ਵਰਗਾਂ ਦੇ ਲੋਕ ਸਮਰਥਨ ਕਰਦੇ ਨਜ਼ਰ ਆਉਂਦੇ ਆ। ਬਾਈ ਦਿਲਬਾਗ ਸਿੰਘ ਮੇਰੇ ਨਾਲ ਹੈ, ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਜਾਪਦੇ ਜੀ, ਜਿਵੇਂ ਤੁਹਾਡੇ ਪਿੰਡ ਦਾ ਜ਼ਿਕਰ ਹੋਵੇ, ਸਬਰਾ ਪਿੰਡ ਬਹੁਤ ਵੱਡਾ ਤੇ ਤਕਰੀਬਨ 13,000 ਦੇ ਕਰੀਬ ਵੋਟ ਮੰਨੀ ਜਾਂਦੀ ਹੈ ਖਡੂਰ ਸਾਹਿਬ ਹਲਕੇ ਦੇ ਵਿੱਚ, ਬਹੁਤ ਵੱਡਾ ਇਫੈਕਟ ਪਾਉਣ ਵਾਲਾ ਵੋਟ ਤੰਤਰ ਨਜ਼ਰ ਆਉਂਦਾ ਹੈ, ਕਿਵੇਂ ਦੇਖਦੇ ਹੋ ਸਮੁੱਚੇ ਹਾਲਾਤਾਂ ਨੂੰ? ਸਭ ਤੋਂ ਪਹਿਲਾਂ ਤੁਹਾਡਾ ਨਗਰ ਸਭਰਾ ਵਿੱਚ ਆਉਣ ਦਾ ਹੈ ਭਾਈ ਅੰਮ੍ਰਿਤਪਾਲ ਸਾਹਿਬ ਅਤੇ ਸਮੁੱਚੀ ਟੀਮ ਵੱਲੋਂ ਤੁਹਾਡਾ ਪੱਤਰਕਾਰ ਭਾਈਚਾਰੇ ਦਾ ਸਵਾਗਤ ਕਰਦੇ ਹਾਂ ਜੀ, ਆਇਆਂ ਨੂੰ ਕਹਿੰਦੇ ਹਾਂ। ਉਹਦੇ ਨਾਲ ਨਾਲ ਜੀ ਅੱਜ ਵੇਖੀ ਜਾਵੇ, ਅੱਜ ਜਿਹੜਾ ਮੁਕਾਬਲੇ ਦੀ ਗੱਲ ਆਉਂਦੀ ਆ, ਮੁਕਾਬਲਾ ਮੇਰੇ ਤੇ ਕੱਲ੍ਹ ਕਿਸੇ ਨਾਲ ਹੈ ਨਹੀਂ ਗਾ, ਅਤੇ ਜਿਹੜੀ ਇੱਕ ਤਰਫੀ ਜਿਹੜੀ ਆ ਵੋਟ ਵਾ, ਜਦੋਂ ਵੀ ਅਸੀਂ ਘਰਾਂ ਦੇ ਵਿੱਚ ਵਿਚਰਦੇ ਰਹੇ ਹਾਂ, ਭਾਈਚਾਰੇ ਦੇ ਵਿੱਚ ਵਿਚਰਦੇ ਹਾਂ, ਅਤੇ ਉਦੋਂ ਸਾਰੇ ਲੋਕ ਇਹੋ ਹੀ ਕਹਿੰਦੇ ਆ ਵੀ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਵਾਂ, ਅੱਜ ਵੀ ਨਾਲ ਹਾਂ ਅਤੇ ਕੱਲ੍ਹ ਵੀ ਨਾਲ ਹਾਂ, ਕਿਉਂਕਿ ਉਹ ਬੇਦੋਸ਼ ਜਿਹਨੂੰ ਜੇਲ੍ਹ ਦੇ ਵਿੱਚ ਡਕ ਲਾ ਕੇ NSA ਲਾ ਕੇ ਡੱਕਿਆ ਹੋਇਆ ਵਾ, ਉਹਨੂੰ ਕਢਵਾਉਣ ਵਾਸਤੇ ਉਹਦੇ ਨਾਲ ਜਲਦੀ ਹੋਈ ਹੋਈ ਆ। ਇਸ ਕਰਕੇ ਸਾਰਾ ਨਗਰ ਸਭਰਾ, ਸਮੁੱਚਾ ਨਗਰ, ਜਿਹਦੇ ਵਿੱਚੋਂ ਇੱਕ ਦੋ ਹੋ ਸਕਦੇ ਆ, ਚਲੋ ਦੂਸਰੀਆਂ ਪਾਰਟੀਆਂ ਦੇ ਨਾਲ ਹੋਣਗੇ, ਸਤਿਕਾਰਯੋਗ ਸਾਰੇ, ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਪਰ ਅੱਜ ਜੇ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕਰੀਏ, ਉਹ ਸਮੁੱਚਾ ਨਗਰ ਸਭਰਾ ਅੱਜ ਤੁਸੀਂ ਵੇਖੋਗੇ ਕਾਫਲੇ ਦੇ ਰੂਪ ਦੇ ਵਿੱਚ, ਪਿੱਛੋਂ ਤੋਂ ਲਾ ਕੇ ਜਿਹੜਾ ਕਾਫਲਾ ਚੱਲ ਕੇ ਆ ਰਿਹਾ ਵਾ, ਲੰਮੇ ਕਾਫਲੇ ਹੋਣਗੇ ਅਤੇ ਵੱਡੀ ਜਿੱਤ ਪ੍ਰਾਪਤ ਹੋਊਗੀ। ਜਿੱਤ ਭਾਈ ਅੰਮ੍ਰਿਤ ਸਾਹਿਬ ਦੀ ਉਹ ਨਿਸ਼ਚਿਤ ਕੀਤੀ ਹੋਈ ਆ, ਤੈਅ ਵਾ, ਪਰ ਸੋਚ ਸੰਗਤ ਦੀ ਇਹ ਆ
ਵੀ ਵੱਡੀ ਲੀਡ ਕਰਕੇ ਜਿਤਾਈਏ ਤਾਂ ਕਿ ਉਹ ਕਿਸੇ ਦੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕੇ। ਤੁਹਾਡਾ ਵੀ ਇਹੀ ਪਿੰਡ ਹੈ ਜੀ? ਸਾਡਾ ਪਿੰਡ ਹੈ ਜੀ, ਲੈ ਦੇ ਲਾਗੇ ਹੀ ਆ, 5 ਕਿਲੋਮੀਟਰ ਵਾਰਡ ਦੇ ਆ ਜੀ। ਕਿਹੜਾ ਪਿੰਡ ਹੈ ਜੀ? ਪਿੰਡ ਫੁੱਲਾਂ ਵਾਲਾ ਵਾ, ਕੁੱਤੀ ਵਾਲਾ ਉਹਨੂੰ ਵੈਸੇ ਕਹਿੰਦੇ। ਇੰਨੀ ਜ਼ਿਆਦਾ ਗਰਮੀ ਹੋਣ ਦੇ ਬਾਵਜੂਦ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਤੁਸੀਂ ਆ ਗਏ ਹੋ, ਲੱਗਦਾ ਨਹੀਂ ਕਿ ਇੰਨੀ ਜ਼ਿਆਦਾ ਗਰਮੀ ਬੱਚਿਆਂ 'ਤੇ ਇਫੈਕਟ ਪਾ ਸਕਦੀ ਹੈ? ਵੇਖੋ ਜੀ, ਜਦੋਂ ਕਿਸੇ ਦੇ ਹੱਕ 'ਚ ਖੜਾਉਣਾ ਹੋਵੇ, ਇੱਕ ਬੇਦੋਸ਼ਾ ਬੰਦਾ ਅੰਦਰ ਕੀਤਾ, ਇੱਥੇ ਗਰਮੀ ਦਾ ਮਹਿਣਾ ਨਹੀਂ ਰਖਾਉਂਦਾ। ਉਹ ਉਹਨਾਂ ਨੇ ਤੱਤੀਆਂ ਤਵੀਆਂ 'ਤੇ ਬਹਿ ਕੇ ਸੀਸ ਕਟਾ ਲਿਆ। ਅਸੀਂ ਤਾਂ ਭੋਰਾ ਜਿੰਨੀ ਗਰਮੀ ਆ, ਇਹ ਗਰਮੀ ਸਾਨੂੰ ਕੁਛ ਨਹੀਂ ਕਹਿੰਦੀ ਗਰਮੀ ਇੰਨੀ ਕੁ। ਅਸੀਂ ਤਾਂ ਸਿਰਫ ਕਿਸੇ ਦੇ ਹੱਕ, ਸੱਚੇ ਬੰਦੇ ਦੇ ਹੱਕ 'ਚ ਖੜੋਤੇ ਹਾਂ। ਖਡੂਰ ਸਾਹਿਬ ਹਲਕੇ ਦੇ ਵਿੱਚ ਬਹੁਤ ਸਾਰੇ ਉਮੀਦਵਾਰ ਨੇ, ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ BJP ਦਾ ਵੱਡਾ ਜ਼ਿਕਰ ਹੋ ਰਿਹਾ ਹੈ। ਲੱਗਦਾ ਕਿ ਤੁਹਾਡੇ ਹਲਕੇ ਦੇ ਵਿੱਚੋਂ ਕਿਹੜੀ ਧਿਰ ਨੂੰ ਲੋਕ ਫਤਵਾ ਦੇ ਸਕਦੇ ਆ? ਵੇਖੋ ਜੀ, 70% ਵੋਟਾਂ ਅੰਮ੍ਰਿਤਪਾਲ ਦੀਆਂ ਵਾ, ਇੱਥੇ ਮੈਂ ਦਾਅਵੇ ਨਾਲ ਕਹਿੰਦਾ 30% ਵੋਟਾਂ ਇਹਨਾਂ ਦੀਆਂ ਵਾ। ਭਲਾ ਤਾਂ ਵੰਡ ਕੇ ਪਵਾ ਲੈਣ, 5-5% ਕਰਕੇ ਪਵਾ ਲੈਣ, ਅਤੇ ਭਲਾ 10-10% ਕਰਕੇ ਪਵਾ ਲੈਣ। 70% ਵੋਟਾਂ ਅੰਮ੍ਰਿਤਪਾਲ ਦੀਆਂ, 70 ਤੋਂ 75 ਹੋ ਸਕਦੀਆਂ ਵਾ, ਕਿ 68 ਨਹੀਂ ਹੋ ਸਕਦੀਆਂ। ਤੁਹਾਡੇ ਕੈਬਨਿਟ ਮੰਤਰੀ ਨੇ ਲਾਲਜੀਤ ਸਿੰਘ ਭੁੱਲਰੋ ਅਤੇ ਕਹਿੰਦੇ 50,000 ਵੋਟ ਪੈਣੀ ਸਾਰੀ ਅੰਮ੍ਰਿਤਪਾਲ ਨੂੰ। ਵੇਖੋ ਜੀ, ਇੱਥੇ ਮੰਨ ਲਾ ਵੀ ਹਰੇਕ ਹੀ ਬੰਦਾ ਕਹਿੰਦਾ ਵੀ ਮੈਂ ਬੜਾ ਵੱਡਾ ਵਾਂ, ਮੀਡੀਆ 'ਤੇ ਕਹਿੰਦੇ ਆ। ਜਦੋਂ ਇਹ ਜਨਤਾ ਕਰਦੀ ਆ, ਜਨਤਾ ਜਿਹਨੂੰ ਵੋਟਾਂ ਪਾਉਣੀਆਂ ਜਨਤਾ ਨੇ ਪਾਉਣੀਆਂ, ਪਿੰਡਾਂ ਦੇ ਵਿੱਚ ਵਿਚਰਨਗੇ ਨਾ, ਫਿਰ ਪਤਾ ਲੱਗਦਾ ਵਾ। ਮੇਰਾ ਖਿਆਲ ਉਹ ਤਾਂ ਰੋਡ ਥਾਣੀ ਲੰਘ ਜਾਂਦੇ ਆ, ਰੋਡੇ ਰੋਡ ਲੰਘ ਜਾਂਦੇ ਜਦੋਂ ਸੰਗਤਾਂ ਦਾ ਝੰਡੀਆਂ ਨਹੀਂ ਵਹਿੰਦੇ। ਆਹ ਵੇਖੋ, ਦੂਰ ਤੋਂ ਹੀ ਨਿਗਾਹ ਮਾਰੋ, ਕੋਈ ਹੋਰ ਝੰਡੀ ਦਿੰਦੀ ਆ? ਅੰਮ੍ਰਿਤਪਾਲ ਦੇ ਹੱਕ 'ਚ ਝੰਡੇ ਲੱਗੇ ਆ, ਅਤੇ ਅੰਮ੍ਰਿਤਪਾਲ ਨੂੰ ਵੋਟਾਂ ਪੈਣੀਆਂ ਪੈਣੀਆਂ, 70 ਤੋਂ ਵਧਣੀਆਂ ਘਟਣੀਆਂ ਨਹੀਂ। ਤੁਸੀਂ ਕਿੱਥੋਂ ਆਏ ਹੋ ਜੀ? ਅਸੀਂ ਜੀ ਨਗਰ ਕੁੱਤੀ ਵਾਲੇ ਤੋਂ ਜੀ, ਇੱਥੋਂ 5 ਕਿਲੋਮੀਟਰ 'ਤੇ ਦੂਰ ਹੈ ਜੀ। ਸਮਰਥਨ ਕਿਵੇਂ ਦਾ, ਕਿਹੜੀ ਧਿਰ ਨੂੰ ਦੇ ਰਹੇ? ਹੱਥਾਂ ਦੇ ਵਿੱਚ ਫੁੱਲ ਬਣੇ ਹੋਏ ਫੜੇ ਹੋਏ ਆ ਤੁਸੀਂ, ਇਹ ਕਿਹਦੇ ਸਿਰ ਦੇ ਉੱਪਰ ਪਾਉਣੇ ਆ? ਕਿਸ ਤਰੀਕੇ ਦਾ ਸਤਿਕਾਰ ਕਿਹਦਾ ਕਰਨ ਜਾ ਰਹੇ? ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਜੀ ਆ ਰਹੇ ਨੇ, ਭਾਈ ਅੰਮ੍ਰਿਤਪਾਲ ਸਿੰਘ ਨੂੰ ਫੁੱਲ ਸਪੋਰਟ ਆ ਜੀ। ਭਾਈ ਅੰਮ੍ਰਿਤਪਾਲ ਸਿੰਘ ਦਾ ਕਰਕੇ ਅਸੀਂ, ਸਾਡਾ ਛੋਟਾ ਜਿਹਾ ਪਿੰਡ ਆ, 10 ਨੌਜਵਾਨਾਂ ਨੇ ਅਸੀਂ ਅੰਮ੍ਰਿਤ ਛਕਿਆ ਹੋਇਆ ਵਾ ਅੰਮ੍ਰਿਤਪਾਲ ਤੋਂ, ਉਹਨਾਂ ਨੇ ਸਾਡੇ ਘਰਾਂ ਦੇ ਵਿੱਚੋਂ ਕੋੜ ਮੁਕਾ ਦਿੱਤਾ, ਸਾਡੀ ਤਾਂ ਜਾਨ ਵੀ ਹਾਜ਼ਰ ਉਹਦੇ ਵਾਸਤੇ, ਜਿੱਥੋਂ ਤੱਕ ਵੀ ਭੁਗਤਣਾ ਪਿਆ ਸੀ ਉਹਨਾਂ ਦੇ ਹੱਕ 'ਚ ਭੁਗਤਣਾ। ਆਖਰ ਮਾਝੇ ਦੇ ਜਿਹੜੇ ਲੋਕ ਹੈ, ਅੰਮ੍ਰਿਤਪਾਲ ਸਿੰਘ ਨੂੰ ਸਮਰਥਨ ਦੇਣ ਦਾ ਵੱਡਾ ਕਾਰਨ ਕੀ ਹੈ ਉਹਨਾਂ ਦਾ? ਉਹਨਾਂ ਦਾ ਜੀ ਮੇਨ ਮੁੱਦਾ ਜੀ ਨਸ਼ੇ ਦਾ ਸੀ। ਇੰਨੀ ਸਰਕਾਰਾਂ ਨੇ, ਕਾਂਗਰਸ ਸਰਕਾਰ ਆਈ, ਉਹਨਾਂ ਨੇ ਵੀ ਨਸ਼ਾ ਬੰਦ ਕਰਨ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਗੁਟਕਾ ਸਾਹਿਬ 'ਤੇ ਆ ਸਹੁੰ ਖਾਧੀ ਕਿ ਅਸੀਂ ਨਸ਼ਾ ਬੰਦ ਕਰਾਂਗੇ। ਆਮ ਆਦਮੀ ਹੋਂਦ 'ਚ ਆਈ, ਲੋਕਾਂ ਬਦਲਾਅ ਲਿਆਂਦਾ ਨਸ਼ੇ ਦੇ ਤੌਰ 'ਤੇ, ਅਸੀਂ ਜੀ ਨਸ਼ਾ ਬੰਦ ਕਰਾਂਗੇ, ਕਿਸੇ ਤੋਂ ਕੁਛ ਨਹੀਂ ਹੋਇਆ। ਇਹ ਭਾਈ ਅੰਮ੍ਰਿਤਪਾਲ ਸਿੰਘ ਹੀ ਆ ਜੋ ਖਾਲਸਾ ਵੀਰ ਦੇ ਰੂਪ ਦੇ ਵਿੱਚ, ਉਹਨਾਂ ਨੇ ਖਾਲਸਾ ਵੀਰ ਚਲਾਈ, ਅਤੇ ਸਾਡੇ, ਅਸੀਂ ਉਹਨਾਂ ਦੇ ਮੱਥੇ ਤੱਕ ਨਹੀਂ ਸੀ ਲੱਗੇ, ਅਤੇ ਇੰਨਾ ਸਾਡੇ 'ਤੇ ਪ੍ਰਭਾਵ ਪਿਆ। ਵੇਖੋ ਨੌਜਵਾਨ ਖੜ੍ਹਾ, ਇਹਨੇ ਵੀ ਉਹਨਾਂ ਦੀ ਪ੍ਰਭਾਵਿਤ ਹੋ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ਰਾਬ ਪੀਂਦਾ ਸੀ, ਅਤੇ ਉਹਨਾਂ ਦੀ ਯਾਨੀ ਕਿ ਬੋਲ ਬਾਣੀ ਦਾ ਕਰਕੇ ਕਿ ਕਿੱਧਰ ਨੂੰ ਪੈ ਜਾਈਏ ਤੁਸੀਂ। ਸਾਡੇ ਪਿੰਡ ਦੇ ਵਿੱਚ ਸਿਰਫ 300 ਵੋਟ ਆ, 300 ਵੋਟ ਦੇ ਵਿੱਚ ਇੰਨਾ ਪ੍ਰਭਾਵ ਪੈ ਗਿਆ ਭਾਈ ਅੰਮ੍ਰਿਤਪਾਲ ਸਿੰਘ ਦਾ ਕਿ ਸਾਨੂੰ ਇੱਕ ਉਮੀਦ ਬੱਝੀ ਆ ਕਿ ਜੇ ਨਸ਼ਾ ਬੰਦ ਕਰ ਸਕਦਾ ਤਾਂ ਭਾਈ ਅੰਮ੍ਰਿਤਪਾਲ ਸਿੰਘ ਕਰ ਸਕਦਾ। ਇਹ ਸਰਕਾਰਾਂ ਦੀ ਰੋਟੀ ਨਸ਼ੇ ਦੇ ਸਿਰ ਤੋਂ ਚੱਲਦੀ ਆ, ਜਿੰਨੇ ਵੀ ਲੀਡਰ ਆ ਹੋਰ ਤਾਂ ਇਹਨਾਂ ਦੇ ਹੱਥੀਂ ਕੁਛ ਆਉਂਦਾ ਨਹੀਂ। ਜਿਹੜਾ ਚਿੱਟਾ ਫੜਦੇ ਕਿਤੇ ਵੇਖਿਆ ਨਸ਼ਟ ਕੀਤਾ, ਇਹੋ ਹੀ ਗਾਂਹ ਤੁਰਿਆ ਜਾਂਦਾ, ਇਹ ਬੰਦ ਨਹੀਂ ਹੋ ਸਕਦਾ। ਜਿੰਨਾ ਚਿਰ ਭਾਈ ਅੰਮ੍ਰਿਤਪਾਲ ਸਿੰਘ ਦਾ ਸਹਿਯੋਗ ਨਾ ਦਿੱਤਾ, ਇੱਕ ਸਾਨੂੰ ਉਮੀਦ ਬੱਝੀ, ਇੱਕ ਕਿਰਨ ਬੱਝੀ ਆ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਥ ਵਿੱਚ, ਇੱਕ ਹਨੇਰੀ ਨਹੀਂ, ਇੱਕ ਤੂਫਾਨ ਝੁੱਲਾ ਪਿਆ। ਇਹਨਾਂ ਦੀਆਂ ਸਾਰਿਆਂ ਦੀਆਂ ਜਮਾਨਤਾਂ ਜਮਤ ਹੋਣੀਆਂ, ਭਾਵੇਂ ਇੱਥੇ ਕੋਈ ਕੈਬਨਿਟ ਮੰਤਰੀ ਹੋਵੇ ਅਤੇ ਭਾਵੇਂ ਕੋਈ ਵਿਰਸਾ ਸਿੰਘ ਵਲਟੋਆ ਹੋਵੇ, ਇਹਨਾਂ ਦੀ ਫੱਟੀ ਪੋਚੀ ਜਾਣੀ ਆ। ਗਿਣਤੀ ਸ਼ੁਰੂ ਹੁੰਦਿਆਂ ਤੋਂ ਅੱਧੇ ਘੰਟੇ ਬਾਅਦ ਇਹ ਕੁਰਸੀਆਂ ਛੱਡ ਕੇ ਨਾ ਆਏ ਤਾਂ ਸਾਨੂੰ ਕੁਛ ਪੁੱਛ ਲਿਓ, ਜੇ ਸਾਡਾ ਜਜ਼ਬਾ ਇੰਨਾ, ਸਾਡਾ
ਆਵਾਜ਼ ਦਿੰਦਾ, ਸੱਚੇ ਦਿਲੋਂ ਸਾਡਾ ਮਨ ਆਵਾਜ਼ ਦਿੰਦਾ, ਸਾਨੂੰ ਚੰਨ ਕੇ ਸੱਚੇ ਦਿਲੋਂ ਆਵਾਜ਼ ਆ ਰਹੀ ਆ ਕਿ ਅੱਧਾ ਘੰਟਾ ਨਹੀਂ ਉੱਥੇ ਖੜਨੇ। ਪਹਿਲੀ ਗੱਲ ਤਾਂ ਇਹਨਾਂ ਨੂੰ ਜਾਣ ਦਾ ਹੀ ਫਾਇਦਾ ਕੋਈ ਨਹੀਂ, ਜੇ ਗਏ ਤੇ ਜੇ ਨਾ ਉੱਠੇ ਤਾਂ ਤੁਸੀਂ ਆਣ ਕੇ ਮੇਰੇ ਨਾਲ ਪਿੰਡ ਮੇਰੇ ਸਵਾਲ ਕਰ ਲਿਓ ਕਿ ਅਸੀਂ ਅੰਮ੍ਰਿਤਪਾਲ ਦੇ ਇੰਨੇ ਜੋਸ਼ੋ ਖਰੋਸ਼ ਨਾਲ ਲੱਗਿਆ ਕਿ ਬਹੁਤ ਵੱਡੀ ਗੱਲ ਕਹਿ ਰਹੇ ਹੋ ਤੁਸੀਂ। ਅਸੀਂ ਜੀ ਵੱਡੀ ਗੱਲ ਕਹਿ ਰਹੇ ਹਾਂ, ਤਾਂ ਹੀ ਕਰਕੇ ਇਹਨਾਂ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ, ਇਹਨਾਂ ਨੇ ਆਪ ਸਭ ਟਿੱਪਣੀ ਨਹੀਂ ਕੋਈ ਵੀ ਕਰਦਾ। ਰਾਤ ਸੁਪਨੇ ਵਿੱਚ ਵੀ ਭਾਈ ਅੰਮ੍ਰਿਤਪਾਲ ਇਹਨਾਂ ਨੂੰ ਸੌਣ ਨਹੀਂ ਦਿੰਦਾ, ਇਹਨਾਂ ਨੂੰ ਸੌਣ ਹੀ ਨਹੀਂ ਦਿੰਦਾ। ਰਾਤ ਜਿੱਤ ਯਕੀਨੀ ਆ, ਬਸ ਅਸੀਂ ਲੀਡ ਬਾਰੇ ਹਾਂ ਕਿ ਇੰਨੀ ਵੱਡੀ ਲੀਡ ਆ ਕਿ ਸਿਮਰਜੀਤ ਸਿੰਘ ਮਾਨ ਵਾਲਾ ਰਿਕਾਰਡ ਵੀ ਤੋੜ ਕੇ ਵਿਖਾਈਏ ਕਿ ਜਿਹੜਾ 99 ਦੇ ਵਿੱਚ ਹੋਇਆ ਵਾ ਉਹ ਇਸ ਵਾਰ ਜਿਹੜਾ 2024 ਚੱਲਦਾ 2024 ਦਾ ਰਿਕਾਰਡ, ਫਿਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਖਣ ਕਿ 2024 'ਚ ਕੀ ਹੋਇਆ ਸੀ, ਅੰਮ੍ਰਿਤਪਾਲ ਦਾ ਰਿਕਾਰਡ ਨਹੀਂ ਟੁੱਟਾ ਕਿਸੇ ਤੋਂ। ਕੈਬਨਿਟ ਮੰਤਰੀ ਸਾਹਿਬ ਕਹਿੰਦੇ ਜਿਹੜੀ ਸੋਸ਼ਲ ਮੀਡੀਆ 'ਤੇ ਲਹਿਰ ਚੱਲੀ ਕੇਵਲ ਸੋਸ਼ਲ ਮੀਡੀਆ 'ਤੇ ਹੀ ਆ, ਜਿਹੜੇ ਕੈਨੇਡਾ ਅਮਰੀਕਾ ਬੈਠੇ ਆ ਗਿਣਤੀ ਦੇ ਜਿਹੜੇ ਲੋਕ ਹੈ ਉਹੀ ਕਮੈਂਟ ਕਰਦੇ ਤਾਂ ਉਹਨਾਂ ਲਹਿਰ ਚਲਾਈ ਸਾਹਿਬ ਉਹ ਭਾਂਡੇ ਛੋਟੇ ਹੀ ਉਛਲ ਗਏ ਆ, ਇਹ ਮੈਂਬਰ ਬਣਦੇ ਲਾਇਕ ਨਹੀਂ ਸੀ ਬੰਦੇ ਜਿਹੜੇ ਲੋਕਾਂ ਨੇ ਇੱਕ ਹਵਾ, ਇਹ ਲੋਕਾਂ ਦੀ ਪਾਵਰ ਆ, ਇਹ ਲਾਲਜੀਤ ਹੋਣੀ ਹਿੱਕ 'ਤੇ ਹੱਥ ਮਾਰ ਕੇ ਕਹਿੰਦੇ ਨਾ ਸਾਡੀ ਪਾਵਰ ਹੈ, ਜਨਤਾ ਦੀ ਪਾਵਰ ਆ, ਕੀ ਦੱਸ ਦਿਆਂਗੇ ਖਡੂਰ ਸਾਹਿਬ ਵਾਲੇ ਕਿ ਪਾਵਰ ਕਿਹਦੇ 'ਚ ਆ, ਪਾਵਰ ਸੰਗਤ 'ਚ ਆ, ਯਾਨੀ ਕਿ ਲੀਡਰ ਵੱਡਾ ਨਹੀਂ ਹੁੰਦਾ, ਸੰਗਤ ਵੱਡੀ ਹੁੰਦੀ ਹੈ, ਭੁੰਜੇ ਹੱਥ ਮਰਾ ਦੇਣਗੇ, ਐਂ ਮਾਂਝਾਂਗੇ ਜਿਵੇਂ ਬਾਟਾ ਮਾਂਝੀ ਦਾ, ਦੇਖਿਓ ਸਹੀ ਤੁਸੀਂ। ਕੀ ਸੋਚਦੇ ਹੋ ਜੀ ਤੁਸੀਂ? ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਇਹ ਵਿਰਸਾ ਉਲਟੋਈਆਂ ਦਾ ਕਿੰਨਾ ਅੰਮ੍ਰਿਤ ਛਕੇ ਆ ਸਾਹਮਣੇ, ਹੁਣ ਅਸੀਂ ਤਾਂ ਸਾਹਮਣੇ ਢਾਡੀ ਸੰਗਤ ਦੇ ਵਿੱਚ ਆ ਰਹੇ ਹਾਂ, ਅਸੀਂ ਦਿਨ ਰਾਤ ਸ਼ਰਾਬ ਪੀਂਦੇ ਹਾਂ, ਅਸੀਂ ਬੜੀ ਰੱਬ ਦੀ ਕਿਰਪਾ ਹੋਈ ਆ ਢਾਡੇ ਵਿੱਚ ਖਲੋਤੇ ਹਾਂ। ਭਾਅ ਜੀ ਕਦੋਂ ਬੰਦਾ ਕੋਈ ਪੂਰਾ ਹੋ ਜਾਂਦਾ ਉਦੋਂ ਆਪਾਂ ਵੱਡੀਆਂ ਵੱਡੀਆਂ ਰੈਲੀਆਂ ਬਣਾ ਦਿੰਦੇ ਹਾਂ, ਉਹਦੇ ਭੋਗਦੇ ਆ ਜਾਂਦੇ ਹਾਂ। ਅਤੇ ਤੁਸੀਂ ਵਲਟੋਆ ਸਾਹਿਬ ਨੂੰ ਕਹਿ ਦੇਣਾ ਸੀ ਕਿ ਜਿਨ੍ਹਾਂ ਦੇ ਵਿੱਚੋਂ ਜਿਹੜੇ ਨੌਜਵਾਨਾਂ ਨੇ ਅੰਮ੍ਰਿਤਪਾਲ ਸਿੰਘ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤ ਨਸ਼ਾ ਛੱਡਿਆ ਹੈ, ਤਾਂ ਉਹਨਾਂ ਦੇ ਵਿੱਚ ਮੈਂ ਵੀ ਸ਼ਾਮਿਲ ਹੈ, ਤੁਸੀਂ ਵੀ ਨਾਮ ਲਿਖਾ ਦੇਣਾ ਸੀ ਭਾਅ ਜੀ। ਹਾਂ ਟਾਈਮ ਹੀ ਅੱਜ ਮਿਲਿਆ, ਮੈਂ ਇਹ ਆਉਂਦਾ ਵਾਂ ਅੱਗੇ ਆਪਾਂ ਦੀਪ ਸਿੱਧੂ ਗਵਾਲਿਆ, 70 ਸਾਲਾਂ ਬਾਅਦ ਉਹਨੇ ਦੀਵਾ ਜਗਾਇਆ, ਅਤੇ ਅੰਮ੍ਰਿਤਪਾਲ ਸਿੰਘ ਆਇਆ ਇਹਨੇ ਆਪਾਂ ਨੂੰ ਸਾਨੂੰ ਅੰਮ੍ਰਿਤ ਛਕਾਇਆ, ਅਤੇ ਗਾਂਹ ਸਾਡੇ ਕਿਹੜੇ ਬੱਚੇ ਆ, ਆਵੇ ਮੇਰਾ ਛੋਟਾ ਜਿਹਾ ਬੱਚਾ ਇਹ ਨਾਲ ਆਇਆ, ਜੇ ਆਪਾਂ ਇਹ ਵੀ ਟਾਈਮ ਗਵਾਲਿਆ ਅਤੇ ਮੁੜ ਕੇ ਟਾਈਮ ਨਹੀਂ ਮਿਲਣਾ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਬਿਲਕੁਲ ਇੱਕ ਤਰੀਕੇ ਦੀ ਵੱਖਰੀ ਲਹਿਰ ਨਜ਼ਰ ਆਉਂਦੀ ਹੈ, ਬਹੁਤ ਵੱਡਾ ਪਿੰਡ ਸਵਰਾ ਖਡੂਰ ਸਾਹਿਬ ਹਲਕੇ ਦੇ ਵਿੱਚ ਵੱਧ ਵੋਟ ਵਾਲਾ ਮੰਨਿਆ ਜਾਂਦਾ ਹੈ, ਅਤੇ ਚਾਰੇ ਤਰਫਿਓਂ ਜਾਪਦਾ ਹੈ ਕਿ ਜਿਵੇਂ ਅੱਜ ਰੋਡ ਸ਼ੋਅ ਵਾਲੇ ਦਿਨ ਲੋਕਾਂ ਨੇ ਰਿਜ਼ਲਟ ਲੋਕਾਂ ਦੇ ਸਾਹਮਣੇ ਰੱਖ ਦਿੱਤਾ ਹੋਵੇ ਕਿ ਆਖਰ ਜਿਹੜੇ ਚੋਣ ਨਤੀਜੇ ਆਉਣਗੇ ਉਹਨਾਂ ਦਾ ਰਿਜ਼ਲਟ ਕੀ ਹੋ ਸਕਦਾ ਹੈ। ਅਤੇ ਜਦੋਂ ਅਸੀਂ ਦੂਜੀਆਂ ਰਵਾਇਤੀ ਸਿਆਸੀ ਧਿਰਾਂ ਦਾ ਜ਼ਿਕਰ ਕਰਦੇ ਹਾਂ ਤਾਂ ਉਹਨਾਂ ਦੇ ਵੱਲੋਂ ਵੱਖ ਵੱਖ ਤਰੀਕਿਆਂ ਦੇ ਨਾਲ ਕਿਸੇ ਨਿੱਜੀ ਲਾਹੇ ਦੀ ਖਾਤਰ ਜਾਂ ਸਿਆਸੀ ਲਾਹੇ ਦੇ ਖਾਤਰ ਕੇਵਲ ਲੋਕਾਂ ਨੂੰ ਵਰਤਿਆ ਜਾਂਦਾ ਹੈ, ਤਾਂ ਜਿਹੜੀ ਇੱਕ ਲੋਕਾਂ ਦੇ ਵਿੱਚ ਨਵੀਂ ਚਿਣਗ ਪੈਦਾ ਕੀਤੀ ਜਾ ਰਹੀ ਹੈ ਤਾਂ ਉਹ ਵੀ ਚਿਣਗ ਦੇਖੀ ਜਾ ਸਕਦੀ ਹੈ। ਇੱਥੇ ਹੋਰ ਵੀ ਲੋਕ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਬਾਈ ਜੀ, ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਆਏ ਹੋ ਅਤੇ ਆਖਰ ਉਮੀਦ ਕੀ ਜਾਪਦੀ ਹੈ, ਜਿਵੇਂ ਇੱਕ ਨਵੀਂ ਲਹਿਰ ਪੈਦਾ ਹੋਈ ਹੈ ਅਤੇ ਲੋਕਾਂ ਦੇ ਵਿੱਚ ਨਵੀਆਂ ਉਮੀਦਾਂ ਕੀ ਨਜ਼ਰ ਆਉਂਦੀਆਂ ਤੁਹਾਨੂੰ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਨੂੰ ਜੀ, ਸਭ ਨੂੰ ਵੱਡੀ ਬੇਨਤੀ ਸਾਡੀ ਇਹ ਜੀ, ਅਸੀਂ ਸਭ ਨੂੰ ਵੱਡੀ ਉਮੀਦ ਸਾਡੀ ਇਹੀ ਹੈ ਕਿ ਜੋ ਅੱਜ ਨਸ਼ੇ ਦੀ ਲਹਿਰ ਚੱਲ ਰਹੀ ਹੈ ਉਹਨੂੰ ਖਤਮ ਕੀਤਾ ਜਾਵੇ। ਜਿਹੜੀ ਸਰਕਾਰ ਆਉਂਦੀ ਹੈ ਉਹ ਸਿਰਫ ਨਸ਼ੇ ਦਾ ਮੁੱਦਾ ਰੱਖ ਕੇ ਜਿੱਤ ਜਾਂਦੇ ਨੇ, ਪਰ ਮਤਲਬ ਕਿ ਉਸ ਨਸ਼ੇ ਦੇ ਉੱਪਰ ਕੰਮ ਕੋਈ ਨਹੀਂ ਕਰਦਾ। ਇਹ ਸਾਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ 'ਤੇ ਬਹੁਤ ਵੱਡੀ ਉਮੀਦ ਹੈ ਕਿ ਜਦੋਂ ਬਾਹਰ ਆਉਣਗੇ ਤਾਂ ਸਭ ਨੂੰ ਪਹਿਲਾ ਕੰਮ ਨਸ਼ੇ ਦਾ ਕਰਨਗੇ। ਹਾਂਜੀ ਬਿਲਕੁਲ, ਹਾਂ ਬਿਲਕੁਲ, ਅਸੀਂ ਇੱਧਰ ਵੀ ਪਤਵੰਤਿਆਂ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਖਾਸ ਕਰ ਇੱਧਰਲੇ ਪਾਸੇ ਤੋਂ ਮੈਂ ਦਿਖਾਉਣਾ ਚਾਹੁੰਦਾ ਕਿ ਅਜੇ ਆ ਜਿਹੜਾ ਰੋਡ ਸ਼ੋਅ ਬਾਕੀ ਹੈ, ਕੁਝ ਮਿੰਟਾਂ ਤੱਕ ਇੱਥੇ ਪੁੱਜੇਗਾ, ਪਰ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਇੱਧਰਲੇ ਪਾਸੇ ਤੋਂ ਦੇਖ ਸਕਦੇ ਹੋ ਕਿ ਹਾਰ ਫੜੇ ਹੋਏ ਹੈ ਔਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਇਸ ਰੋਡ ਮਾਰਚ ਦੀ ਅਗਵਾਈ ਕਰਦੇ ਨਜ਼ਰ ਆਉਂਦੇ ਨੇ। ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਜੀ
ਕੀ ਸੋਚਦੇ ਹੋ ਜਿਸ ਤਰੀਕੇ ਦੇ ਨਾਲ ਜੇ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਤੇ ਅੱਜ ਤੋਂ ਕੁਝ ਸਾਲ ਪਹਿਲਾਂ ਪੰਜਾਬ ਦੇ ਵਿੱਚ ਇੱਕ ਸਿਆਸੀ ਇਨਕਲਾਬ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਆਇਆ ਸੀ, ਪਰ ਅੱਜ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇ ਨਾਲ ਨਾਲ ਸੰਬੰਧਿਤ ਜਿਹੜੇ ਤਮਾਮ ਸਾਰੇ ਮੁੱਦੇ ਨੇ ਉਹਨਾਂ ਨੂੰ ਲੈ ਕੇ ਵੀ ਇੱਕ ਨਵੀਂ ਲਹਿਰ ਤੇ ਨਵੀਂ ਕ੍ਰਾਂਤੀਕਾਰੀ ਨਜ਼ਰ ਆ ਰਹੀ ਹੈ? ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਮੈਂ ਕਹਿਣਾ ਚਾਹੂੰਗਾ ਕਿ ਜਿਵੇਂ ਆਮ ਆਦਮੀ ਦੇ ਵੱਲ ਲੋਕਾਂ ਦਾ ਉਦੋਂ ਮਹਾਨ ਹੋ ਗਿਆ ਸੀ ਨਾ ਆਪ ਮੁਹਾਰੇ ਹੀ, ਹੁਣ ਇਹਨਾਂ ਨੇ ਜੋ ਧੱਕਾ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਕੋਈ ਕਸੂਰ ਨਹੀਂ। ਜੇ ਉਹਨਾਂ ਖਾਲਸਾ ਵੀਰ ਚਲਾਈ ਸੀ, ਉਹ ਪਿੰਡ ਪਿੰਡ ਜਾਂਦੇ ਹੀ, ਸ਼ਹਿਰ ਸ਼ਹਿਰ ਜਾਂਦੇ ਹੀ ਨੌਜਵਾਨ ਜੁੜਦੇ ਸੀ। ਤੁਸੀਂ ਆਮ ਹੀ ਵੀਡੀਓ ਦੇਖਣੇ ਵੀ ਬਹੁਤ ਜ਼ਿਆਦਾ ਨੌਜਵਾਨ ਜਿਹੜੇ ਆ ਉਹ ਨਸ਼ਾ ਛੱਡ ਚੁੱਕੇ ਸੀ। ਉਹਨਾਂ ਨੂੰ ਬਿਲਕੁਲ ਧੱਕਾ ਕਰਕੇ ਉਹਨਾਂ ਨੂੰ ਅੰਦਰ ਕੀਤਾ ਗਿਆ, ਉਹ ਵੀ ਉਹਨਾਂ ਨੂੰ ਪੰਜਾਬ ਦੀ ਜੇਲ੍ਹ 'ਚ ਨਹੀਂ ਕਿੱਥੇ ਡਿਬਰੂਗੜ੍ਹ ਸੁੱਟਿਆ ਗਿਆ। ਉਹ ਬਹੁਤ ਹੀ ਸਿੱਖ ਕੌਮ ਦੇ ਮਨ ਦੇ ਵਿੱਚ ਇਹ ਰੋਸ ਆ ਤੇ ਇਹ ਰੋਸ ਅੱਜ ਤੁਹਾਡੇ ਸਾਹਮਣੇ ਆ। ਰੋਸ ਕਿਹੜੀ ਧਿਰ ਦੇ ਖਿਲਾਫ ਹੈ? ਰੋਸ ਜੀ ਮੌਕੇ ਦੀ ਸਰਕਾਰ ਤਾਂ ਹੁਣ ਇਸ ਵੇਲੇ ਜੀ ਆਮ ਆਦਮੀ ਆ, ਮੈਂ ਖੁਦ ਆਮ ਆਦਮੀ ਪਾਰਟੀ ਦਾ ਵਰਕਰ ਰਿਹਾ ਵਾਂ, ਪਰ ਅੱਜ ਮੈਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਨਾਲ ਆ। ਆਮ ਆਦਮੀ ਪਾਰਟੀ ਤੇ ਕਹਿੰਦੀ ਹੈ ਸੈਂਟਰ ਨੇ NSA ਲਾਇਆ ਕਿਉਂਕਿ ਨੈਸ਼ਨਲ ਸਿਕਿਉਰਿਟੀ ਐਕਟ ਕੇਵਲ ਸੈਂਟਰ ਹੀ ਲਾ ਸਕਦਾ ਆ। ਨਹੀਂ ਜੀ, ਦੇਖੋ ਭਗਵੰਤ ਮਾਨ ਜੀ ਦੀ ਇੱਕ ਇੰਟਰਵਿਊ ਤੁਸੀਂ ਚੈੱਕ ਕਰ ਲਿਓ, ਉਹਦੇ ਵਿੱਚ ਉਹਨਾਂ ਖੁਦ ਬਿਆਨ ਦਿੱਤਾ ਕਿ ਇਹ ਇਸ ਤਰ੍ਹਾਂ ਧੱਕੇ ਸ਼ਾਹੀਆਂ ਕਰਦਾ ਵਾ, ਇਹ ਕੱਲ ਨੂੰ ਐਂ ਕਰੂਗਾ ਓਂ ਕਰੂਗਾ, ਖਿਲਾਫ਼ ਜਾਊਗਾ, ਤੇ ਅਸੀਂ ਉਹਦਾ ਕਰਕੇ ਉਹਨੂੰ ਉੱਥੇ ਸੁੱਟਿਆ NSA ਲਾ ਕੇ। ਖੁਦ ਭਗਵੰਤ ਮਾਨ ਜੀ ਦਾ ਮਾਣਯੋਗ ਮੰਤਰੀ ਜੀ ਦਾ ਬਿਆਨ ਆ। ਜੇ ਮੰਨਿਆ ਜਾਵੇ ਤੇ 84ਵੇਂ ਦੇ ਦਹਾਕੇ ਤੋਂ ਬਾਅਦ ਲਗਾਤਾਰ ਮੰਨਿਆ ਜਾਂਦਾ ਕਿ ਪੰਜਾਬ ਦੇ ਅੰਦਰ ਜਾਤੀਆਂ ਸੱਤਾਧਾਰੀ ਧਿਰਾਂ ਦੇ ਵੱਲੋਂ ਉਹਨਾਂ ਲੋਕਾਂ ਦੇ ਖਿਲਾਫ਼ ਕੀਤੀਆਂ ਗਈਆਂ ਜਿਹੜੇ ਲੋਕ ਇਨਸਾਫ਼ ਪਸੰਦ ਮੰਨੇ ਜਾਂਦੇ ਨੇ। ਲੱਗਦਾ ਕਿ ਜਿਹੜੀ ਲੋਕਾਂ ਦੇ ਵੱਲੋਂ ਮੰਨੀ ਜਾ ਰਹੀ ਕਿ ਜਾਤੀ ਹੋਈ ਹੈ, ਇਸ ਜਾਤੀ ਦਾ ਜਿਹੜਾ ਜਵਾਬ ਹੈ ਲੋਕ ਵੋਟ ਦੇ ਰੂਪ ਦੇ ਵਿੱਚ ਵੀ ਦੇ ਸਕਦੇ ਆ? ਬਿਲਕੁਲ ਜੀ ਬਿਲਕੁਲ, ਇਹ ਉਹਨਾਂ ਨੇ ਇਹਨਾਂ ਨੂੰ 4 ਤਰੀਕ ਨੂੰ ਇਹਨਾਂ ਨੂੰ ਪਤਾ ਲੱਗ ਗਿਆ, ਪਤਾ ਤੇ ਵੈਸੇ ਹੋਣ ਹੀ ਲੱਗ ਗਿਆ ਜੀ। 4 ਤਰੀਕ ਨੂੰ ਇਹਨਾਂ ਦੀ ਚੀਕਾਂ ਜਿੱਦਾਂ ਮਸ਼ੀਨਾਂ ਦੀਆਂ ਸੋਚਣ ਪਿਆ ਨਿਕਲਣੀਆਂ, ਉੱਦਾਂ ਇਹਨਾਂ ਦੀਆਂ ਚੀਕਾਂ ਨਿਕਲਣੀਆਂ, ਤੇ ਅਸੀਂ ਕਹਿੰਦੇ ਕਿ ਭਾਈ ਅੰਮ੍ਰਿਤਪਾਲ ਜੀ ਬਾਹਰ ਆਉਣ ਤੇ ਫਿਰ ਉਹ ਵਹੀਰ ਚਾਲੂ ਕਰਨ ਤੇ ਨੌਜਵਾਨ ਵੱਧ ਤੋਂ ਵੱਧ ਪ੍ਰੇਰਿਤ ਹੋ ਕੇ ਨਸ਼ਾ ਛੱਡਣ, ਤੇ ਇਹਨਾਂ ਦੀ ਜਿਹੜੀ ਆਤ ਇਹਨਾਂ ਨੇ ਚੁੱਕੀ ਹੋਈ ਆ ਉਹਦਾ ਅੰਤ ਆ ਗਿਆ ਜੀ, ਬਿਲਕੁਲ ਤੁਹਾਡੇ ਸਾਹਮਣੇ ਨੇੜੇ ਆ ਜੀ। ਤੁਸੀਂ ਕਹਿ ਰਹੇ ਹੋ ਮੈਂ ਆਮ ਆਦਮੀ ਪਾਰਟੀ ਦਾ ਵਰਕਰ ਆ, ਉਹਨਾਂ ਵਾਸਤੇ ਚੋਣ ਪ੍ਰਚਾਰ ਕਰਦੇ ਰਹੇ ਆ, ਕਿ ਤੁਹਾਡੇ ਸਮੇਤ ਜਿਵੇਂ ਤੁਸੀਂ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਆਏ ਹੋ, ਤੁਹਾਡੇ ਸਮੇਤ ਹੋਰ ਵੀ ਕਈ ਲੋਕ ਆਏ ਆ? ਬਹੁਤ ਸਾਰੇ ਲੋਕ ਜੀ ਆਏ ਆ ਜਿਨ੍ਹਾਂ ਦੀ ਜ਼ਮੀਰ ਜਾਗਦੀ ਆ, ਉਹ ਅੱਜ ਖੁੱਲੇ ਆਮ ਆਏ ਆ, ਇਹ ਨਹੀਂ ਕਿ ਡਰ ਕੇ ਆਏ ਆ ਕਿ ਵੋਟਾਂ ਤੈਨੂੰ ਪਾਵਾਂਗੇ, ਤੁਰਨਾ ਹੀ ਉਦਣਾ ਵਾ। ਜਿਨ੍ਹਾਂ ਦੀ ਜਾਗਦੀ ਜ਼ਮੀਰ ਆ ਉਹ ਇੱਕ ਠੋਕ ਕੇ ਆਏ ਆ ਜੀ। ਮੈਂ ਖੁਦ ਨਾਲ ਰਿਹਾ, 2-3 ਮਹੀਨੇ ਕੰਪੇਨ ਕਰਦੇ ਰਹੇ ਹਾਂ, ਪਰ ਜਿਹੜਾ ਧੱਕਾ ਕੀਤਾ ਵਾ ਉਹ ਦੁੱਖ ਹੋਇਆ ਇਸ ਗੱਲ ਦਾ ਕਿ ਭਾਈ ਅੰਮ੍ਰਿਤਪਾਲ ਜੀ ਨੂੰ ਕਿਹੜੀ ਗੱਲੋਂ ਕੀ ਉਹਨਾਂ ਦਾ ਕਸੂਰ ਸੀ। ਇੱਕ ਜੇ ਨਸ਼ੇ ਛਡਾਉਣਾ ਕਸੂਰ ਆ ਤੇ ਫਿਰ ਵੇਚਣ ਵਾਲੇ ਦੇ ਜੀ ਤੁਰੇ ਫਿਰਦੇ, ਫਿਰ ਉਹਨਾਂ ਨੂੰ ਤੁਸੀਂ ਅੰਦਰ ਨਹੀਂ ਕਰਦੇ। ਭਾਈ ਕਰਮਜੀਤ ਸਿੰਘ ਸੁਨਾਮ ਮੇਰੇ ਨਾਲ, ਸੁਨਾਮ ਸਾਹਿਬ ਗਰਾਊਂਡ ਤੇ ਮਾਝੇ ਵਾਲਿਆਂ ਦਾ ਜੋਸ਼ ਦੇ ਕੇ, ਤੇ ਖਾਸ ਕਰ ਨੌਜਵਾਨਾਂ ਦੇ ਵਿੱਚ ਬਹੁਤ ਵੱਡੀ ਪਾਵਰ ਹੋਇਆ ਕਰਦੀ ਹੈ, ਜਦੋਂ ਵੀ ਕੋਈ ਲਹਿਰ ਚੱਲਦੀ ਹੈ ਜਾਂ ਕੋਈ ਕ੍ਰਾਂਤੀਕਾਰੀ ਆਉਂਦੀ ਹੈ ਨੌਜਵਾਨਾਂ ਦੇ ਕਹਿ ਸਕਦੇ ਹਾਂ ਕਿ ਕਿਤੇ ਬਲਬੂ ਦਾ ਸਦਕਾ ਆਉਂਦੀ ਹੈ। ਕਿਵੇਂ ਦੇਖਦੇ ਹੋ ਅੱਜ ਗਰਾਊਂਡ ਤੇ ਲੋਕਾਂ ਦੇ ਜਜ਼ਬਾਤਾਂ ਨੂੰ? ਇਹ ਯੁੱਗ ਪਲਟਣ ਜਾ ਰਿਹਾ ਜੀ, ਇਹਦੀ ਜਿਹੜੀ ਮੈਂ ਤੁਹਾਨੂੰ ਪਹਿਲੇ ਵੀ ਕਹਿ ਚੁੱਕਿਆ, ਇਹਦੀ ਜਿਹੜੀ ਗੂੰਜ ਆ ਨਾ ਇਹਨਾਂ ਵੋਟਾਂ ਦੀ 200 ਸਾਲ ਤੱਕ ਪੰਜਾਬ 'ਚ ਸੁਣਾਈ ਦੇਵੇਗੀ। ਸੋ ਇਸ ਕਰਕੇ ਇਹ ਇੱਕ ਟ੍ਰੇਲਰ ਹੈ, ਇਹ ਤੁਸੀਂ ਪੂਰੀ ਦੁਨੀਆ 'ਤੇ ਸਿੱਖ ਆਵਾਜ਼, ਇੱਦਾਂ ਦੀ ਸਿੱਖ ਆਵਾਜ਼ ਅਤੇ ਪੰਜਾਬੀ ਆਵਾਜ਼ ਇੱਦਾਂ ਹੀ ਸੁਣਾਈ ਦਿੰਦੀ ਰਹੇਗੀ। ਹੁਣੇ ਦੇਵੇਗੀ ਨਹੀਂ, ਮਾਹੌਲ ਤਬਦੀਲ ਹੋਏਗਾ ਪੰਜਾਬ ਦਾ। ਇੱਕ ਯੁੱਗ ਪਲਟ ਰਿਹਾ, ਮੈਂ ਤੁਹਾਨੂੰ ਬਹੁਤ ਛੋਟਾ ਜਿਹਾ ਸ਼ਬਦ ਕਹਿ ਦਿੱਤਾ, ਇਹ ਯੁੱਗ ਪਲਟ ਰਿਹਾ, ਹੁਣ ਉਹ ਬਦਲ ਕੇ ਵੀ ਸਾਡੇ ਵਿੱਚ ਸ਼ਾਮਿਲ ਨਹੀਂ ਹੋ ਸਕਣਗੇ ਕਿਉਂਕਿ ਉਹਨਾਂ ਦਾ ਸਮਾਂ ਬੀਤ ਗਿਆ। ਲੋਕ ਨਿਸ਼ਾਨਦੇ ਹੀ ਕਰ ਚੁੱਕੇ ਨਿਸ਼ਾਨਦੇ ਕਰ ਚੁੱਕੇ ਨੇ, ਇਟ ਇਜ਼ ਆਲ ਓਵਰ, ਕੰਪਲੀਟ ਸਭ ਕੁਝ ਓਵਰ ਹੋ ਚੁੱਕਿਆ। ਹੁਣ ਸਬਰ ਦਾ ਪਿਆਲਾ ਭਰ ਗਿਆ, ਹੁਣ ਇਹਨੂੰ ਮੁੱਦਾ ਮਾਰਨਾ ਬਾਕੀ ਆ, ਹੁਣ ਲੋਕਾਂ ਨੇ 1 ਤਰੀਕ ਨੂੰ ਮੁੱਦਾ ਮਾਰ ਦੇਣਾ।
ਖਡੂਰ ਸਾਹਿਬ ਹਲਕੇ ਦੇ ਸਵਰਾ ਪਿੰਡ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹੈ। ਔਰ ਇਸ ਪਿੰਡ ਦੀ ਜਿਹੜੀ ਆਬਾਦੀ ਹੈ ਤਕਰੀਬਨ 22,000 ਦੇ ਕਰੀਬ ਮੰਨੀ ਜਾਂਦੀ ਹੈ ਅਤੇ ਜਿਹੜਾ ਇੱਥੋਂ ਦੀ ਵੋਟ ਹੈ 13,000 ਦੇ ਕਰੀਬ ਮੰਨੀ ਜਾਂਦੀ ਹੈ। ਪਰ ਦੇਖਣਾ ਹੋਵੇਗਾ, ਵੱਡੇ ਸਵਾਲ ਇਹ ਵੀ ਹੈ ਕਿ ਜਿਸ ਤਰੀਕੇ ਦੇ ਨੌਜਵਾਨਾਂ ਦੇ ਮਨਾਂ ਦੇ ਵਿੱਚ ਸਵਾਲ ਨੇ ਜਾਂ ਜਜ਼ਬਾਤ ਨਜ਼ਰ ਆ ਰਹੇ ਨੇ, ਅਤੇ ਇਸੇ ਦੇ ਮੱਦੇਨਜ਼ਰ ਚੋਣਾਂ ਦੇ ਨਤੀਜੇ ਤੁਸੀਂ ਖੁਦ ਹੀ ਤਗਾੜੇ ਲਗਾ ਕੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਹੋ ਸਕਦੇ ਆ। ਅੱਗੇ ਦੀ ਵੀ ਗਰਾਊਂਡ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਧੰਨਵਾਦ।